ਪਟਿਆਲਾ ਤੋਂ ਬਾਅਦ ਹੁਣ ਤੇਂਦੂਏ ਦਾ ਕਹਿਰ ਰਾਜਪੁਰਾ ਦੇ ਵਿੱਚ ਸ਼ੁਰੂ ਹੋ ਗਿਆ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਤੇਂਦੂਆ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਕਾਰਨ ਪਿੰਡ ਦੇ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਤਾਂ ਰਾਜਪੁਰਾ ਦੇ ਵਿੱਚ ਇਸ ਸਮੇਂ ਤੇਂਦੂਆ ਦੇਖਿਆ ਗਿਆ, ਹਾਲਾਂਕਿ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਹ ਜੋ CCTV ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਉਹ ਇੱਕ ਤੇਂਦੂਆ ਹੈ ਅਤੇ ਜਿਸ ਨੂੰ ਕਿ ਉਹਨਾਂ ਨੇ ਦਿਨ ਦੇ ਵੇਲੇ ਵੀ ਦੇਖਿਆ। ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਤੇਂਦੂਆ ਰਾਜਪੁਰਾ ਤੋਂ ਇਲਾਵਾ ਪਟਿਆਲਾ ਦੇ ਬਾਰਨ ਪਿੰਡ ਦੇ ਵਿੱਚ ਦੇਖਿਆ ਗਿਆ ਅਤੇ ਫਿਰ ਇਸ ਤੋਂ ਇਲਾਵਾ ਉਸਦਾ ਦੱਸਿਆ ਜਾ ਰਿਹਾ ਸੀ ਕਿ ਇਹ ਤੇਂਦੂਆ ਨਾਭੇ ਦੇ ਵਿੱਚ ਵੀ ਪਹੁੰਚ ਚੁੱਕਾ ਹੈ ਅਤੇ ਨਾਭੇ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਰਾਜਪੁਰਾ ਦੇ ਇੱਕ ਪਿੰਡ ਦੇ ਵਿੱਚ ਇਹ ਤੇਂਦੂਆ ਦੁਬਾਰਾ ਦੇਖਿਆ ਗਿਆ। ਹਾਲਾਂਕਿ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜੋ SYL ਨਹਿਰ ਇਸ ਪਿੰਡ ਦੇ ਕੋਲੋਂ ਨਿਕਲਦੀ ਹੈ ਉਸਦੇ ਆਲੇ ਦੁਆਲੇ ਕਾਫ਼ੀ ਜ਼ਿਆਦਾ ਦੱਸਿਆ ਜਾ ਰਿਹਾ ਕਿ ਜੰਗਲੀ ਜਾਨਵਰ ਰਹਿੰਦੇ ਨੇ, ਜਿਸ ਦੇ ਕਾਰਨ ਇਹ ਤੇਂਦੂਆ ਵੀ ਉੱਥੇ ਪਹੁੰਚਿਆ ਅਤੇ ਬੀਤੇ ਦਿਨਾਂ ਇਹ ਉਹਨਾਂ ਦੇ ਪਿੰਡ ਦੇ ਵਿੱਚ ਕਈ ਵਾਰੀ ਦਾਖਲ ਹੋਇਆ, ਜਿਸ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਦੇ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਤੇਂਦੂਏ ਨੂੰ ਕਾਬੂ ਕੀਤਾ ਜਾਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਦੇ ਵੇਲੇ ਵੀ ਇਹ ਤੇਂਦੂਆ ਦੇਖਿਆ ਗਿਆ ਸੀ ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਹ ਇੱਕ ਗੱਡੀ ਦੇ ਕੋਲ ਵੀ ਬੈਠਾ ਦਿਖਾਈ ਦਿੱਤਾ। ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਪਟਿਆਲਾ, ਰਾਜਪੁਰਾ ਅਤੇ ਨਾਭਾ ਦੇ ਵਿੱਚ ਤੇਂਦੂਆ ਦੇਖੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਅਤੇ ਹੁਣ ਇਹ ਤੇਂਦੂਆ ਇੱਕ ਵਾਰ ਫਿਰ ਤੋਂ ਰਾਜਪੁਰਾ ਦੇ ਵਿੱਚ ਪਹੁੰਚਿਆ ਅਤੇ ਰਾਜਪੁਰਾ ਦੇ ਵਿੱਚ ਇਹ ਪਿੰਡ ਦੇ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜੋ CCTV ਤਸਵੀਰਾਂ ਦੇ ਵਿੱਚ ਕੈਦ ਹੋਇਆ ਇਹ ਜਾਨਵਰ ਨਜ਼ਰ ਆ ਰਿਹਾ, ਇਹ ਇੱਕ ਤੇਂਦੂਆ ਹੈ ਜਿਸ ਨੇ ਕਿ ਇਸ ਪਿੰਡ ਦੇ ਵਿੱਚ ਦਹਿਸ਼ਤ ਮਚਾ ਰੱਖੀ ਹੈ। ਸਰ, ਰਾਤ ਨੂੰ ਨਾ ਤਕਰੀਬਨ 8:40 ਦੇ ਉੱਤੇ ਕੈਮਰੇ ਦੇ ਵਿੱਚ ਤੇਂਦੂਆ ਵੇਖਿਆ। ਮੈਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਪਿੰਡ ਵਾਲੇ ਇੱਥੇ ਆਏ ਅਤੇ ਤੇਂਦੂਆ ਜਿਹੜਾ ਸੀ ਆਪਣੀ ਫੈਕਟਰੀ ਦੇ ਨਾਲ ਘੁੰਮ ਕੇ ਇੱਧਰ ਚਲਾ ਗਿਆ। ਉਸ ਤੋਂ ਬਾਅਦ ਰਾਤ ਨੂੰ 12 ਵਜੇ ਫਿਰ ਵਾਪਸ ਆਇਆ ਅਤੇ ਫਿਰ ਜਾ ਕੇ ਅੱਗੇ ਚਲਾ ਗਿਆ। ਪਿੱਛੇ ਇੱਕ ਚਰੀ ਹੈ, ਇੱਕ ਗੰਦਾ ਨਾਲਾ ਪੈਂਦਾ, ਉਹਦੇ ਵਿੱਚ ਜਾ ਕੇ ਵੜ ਗਿਆ। ਤਾਂ ਇਸ ਕਰਕੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪਿੰਡ ਦੇ ਵਿੱਚ ਬਹੁਤ ਹੀ ਸਹਿਮੇ ਹੋਏ ਲੋਕ ਹਨ ਔਰ ਇਸ ਨੂੰ ਫੜਿਆ ਜਾਵੇ। ਸਰ, ਮੇਰਾ ਨਾਮ ਅਮਰਜੀਤ ਹੈ ਜੀ, ਮੈਂ ਜਨਸੂਆ ਪਿੰਡ ਤੋਂ। ਹਾਂ, ਮੇਰੇ ਕੋਲ ਨਾ ਰਾਤ 10 ਵਜੇ ਮੇਰੇ ਭਤੀਜੇ ਲੱਗਦੇ ਆ, ਆਦੇਸ਼ ਕੁਮਾਰ ਜੀ, ਉਹਨਾਂ ਦੀ ਫੈਕਟਰੀ ਆ ਉੱਥੇ ਟਰੰਕ ਪੇਟਿਆਂ ਦੀ, ਉਹਦੇ ਨੇੜੇ ਤੇੜੇ ਦੇਖਿਆ ਗਿਆ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਹਾਂ, ਸਾਨੂੰ ਪ੍ਰਸ਼ਾਸਨ ਤੋਂ ਹੈ ਕਿ ਪਿੰਡ ਦੇ ਲੋਕ ਡਰੇ ਹੋਏ ਆ, ਕੱਖ ਪੱਠਿਆਂ ਨੂੰ ਜਾਣ ਤੋਂ ਡਰੇ ਹੋਏ ਆ ਅਤੇ ਇਸ ਕਰਕੇ ਉਹਨੂੰ ਜਲਦੀ ਜਲਦੀ ਕਿਸੇ ਮਹਿਕਮੇ ਨੂੰ, ਪੋਸਟ ਮਹਿਕਮੇ ਨੂੰ ਭੇਜ ਕੇ ਫੜਾਇਆ ਜਾਵੇ ਤਾਂ ਕਿ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਕਰ ਸਕੇ। ਪਟਿਆਲਾ ਤੋਂ ਬਾਅਦ ਹੁਣ ਤੇਂਦੂਏ ਦਾ ਕਹਿਰ ਰਾਜਪੁਰਾ ਦੇ ਵਿੱਚ ਸ਼ੁਰੂ ਹੋ ਗਿਆ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਤੇਂਦੂਆ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਪਿੰਡ ਦੇ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਤਾਂ ਰਾਜਪੁਰਾ ਦੇ ਵਿੱਚ ਇਸ ਸਮੇਂ ਤੇਂਦੂਆ ਦੇਖਿਆ ਗਿਆ, ਹਾਲਾਂਕਿ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਹ ਜੋ CCTV ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਉਹ ਇੱਕ ਤੇਂਦੂਆ ਹੈ ਅਤੇ ਜਿਸ ਨੂੰ ਕਿ ਉਹਨਾਂ ਨੇ ਦਿਨ ਦੇ ਵੇਲੇ ਵੀ ਦੇਖਿਆ। ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਤੇਂਦੂਆ ਰਾਜਪੁਰਾ ਤੋਂ ਇਲਾਵਾ ਪਟਿਆਲਾ ਦੇ ਬਾਰਨ ਪਿੰਡ ਦੇ ਵਿੱਚ ਦੇਖਿਆ ਗਿਆ,
ਤੇ ਫਿਰ ਇਸ ਤੋਂ ਇਲਾਵਾ ਉਸਦਾ ਦੱਸਿਆ ਜਾ ਰਿਹਾ ਸੀ ਕਿ ਇਹ ਤੇਂਦੂਆ ਨਾਭੇ ਦੇ ਵਿੱਚ ਵੀ ਪਹੁੰਚ ਚੁੱਕਾ ਹੈ ਤੇ ਨਾਭੇ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਕਿ ਰਾਜਪੁਰਾ ਦੇ ਇੱਕ ਪਿੰਡ ਦੇ ਵਿੱਚ ਇਹ ਤੇਂਦੂਆ ਦੁਬਾਰਾ ਦੇਖਿਆ ਗਿਆ। ਹਾਲਾਂਕਿ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜੋ SYL ਨਹਿਰ ਇਸ ਪਿੰਡ ਦੇ ਕੋਲੋਂ ਨਿਕਲਦੀ ਹੈ ਉਸਦੇ ਆਲੇ ਦੁਆਲੇ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਕਿ ਜੰਗਲੀ ਜਾਨਵਰ ਰਹਿੰਦੇ ਨੇ ਜਿਸਦੇ ਕਾਰਨ ਇਹ ਤੇਂਦੂਆ ਵੀ ਉੱਥੇ ਪਹੁੰਚਿਆ ਤੇ ਬੀਤੇ ਦਿਨਾਂ ਇਹ ਉਹਨਾਂ ਦੇ ਪਿੰਡ ਦੇ ਵਿੱਚ ਕਈ ਵਾਰੀ ਦਾਖਲ ਹੋਇਆ ਜਿਸ ਤੋਂ ਬਾਅਦ ਹੁਣ ਪਿੰਡ ਦੇ ਲੋਕਾਂ ਦੇ ਵੱਲੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਤੇਂਦੂਏ ਨੂੰ ਕਾਬੂ ਕੀਤਾ ਜਾਵੇ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਦਿਨ ਦੇ ਵੇਲੇ ਵੀ ਇਹ ਤੇਂਦੂਆ ਦੇਖਿਆ ਗਿਆ ਸੀ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਹ ਇੱਕ ਗੱਡੀ ਦੇ ਕੋਲ ਵੀ ਬੈਠਾ ਦਿਖਾਈ ਦਿੱਤਾ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਤੇਂਦੂਏ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਪਟਿਆਲਾ, ਰਾਜਪੁਰਾ ਅਤੇ ਨਾਭਾ ਦੇ ਵਿੱਚ ਤੇਂਦੂਆ ਦੇਖੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਹੁਣ ਇਹ ਤੇਂਦੂਆ ਇੱਕ ਵਾਰ ਫਿਰ ਤੋਂ ਰਾਜਪੁਰਾ ਦੇ ਵਿੱਚ ਪਹੁੰਚਿਆ ਤੇ ਰਾਜਪੁਰਾ ਦੇ ਵਿੱਚ ਇਹ ਪਿੰਡ ਦੇ ਲੋਕਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜੋ CCTV ਤਸਵੀਰਾਂ ਦੇ ਵਿੱਚ ਕੈਦ ਹੋਇਆ ਇਹ ਜਾਨਵਰ ਨਜ਼ਰ ਆ ਰਿਹਾ ਇਹ ਇੱਕ ਤੇਂਦੂਆ ਹੈ ਜਿਸਨੇ ਕਿ ਇਸ ਪਿੰਡ ਦੇ ਵਿੱਚ ਦਹਿਸ਼ਤ ਮਚਾ ਰੱਖੀ ਹੈ। ਸਰ, ਰਾਤ ਨੂੰ ਨਾ ਤਕਰੀਬਨ 8:40 ਦੇ ਉੱਤੇ ਕੈਮਰੇ ਦੇ ਵਿੱਚ ਤੇਂਦੂਆ ਵੇਖਿਆ। ਮੈਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਅਤੇ ਸਾਰੇ ਪਿੰਡ ਵਾਲੇ ਇੱਥੇ ਆਏ ਅਤੇ ਤੇਂਦੂਆ ਜਿਹੜਾ ਸੀ ਆਪਣੀ ਫੈਕਟਰੀ ਦੇ ਨਾਲ ਘੁੰਮ ਕੇ ਇੱਧਰ ਚਲਾ ਗਿਆ। ਉਸ ਤੋਂ ਬਾਅਦ ਰਾਤ ਨੂੰ 12 ਵਜੇ ਫਿਰ ਵਾਪਸ ਆਇਆ ਅਤੇ ਫਿਰ ਜਾ ਕੇ ਅੱਗੇ ਚਲਾ ਗਿਆ। ਪਿੱਛੇ ਇੱਕ ਚਰੀ ਹੈ, ਇੱਕ ਗੰਦਾ ਨਾਲਾ ਪੈਂਦਾ ਹੈ, ਉਹਦੇ ਵਿੱਚ ਜਾ ਕੇ ਵੜ ਗਿਆ। ਤਾਂ ਇਸ ਕਰਕੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਪਿੰਡ ਦੇ ਵਿੱਚ ਬਹੁਤ ਹੀ ਸਹਿਮੇ ਹੋਏ ਲੋਕ ਹਨ ਔਰ ਇਸ ਨੂੰ ਫੜਿਆ ਜਾਵੇ। ਸਰ, ਮੇਰਾ ਨਾਮ ਅਮਰਜੀਤ ਹੈ ਜੀ, ਮੈਂ ਜਨਸੂਆ ਪਿੰਡ ਤੋਂ। ਹਾਂ, ਮੇਰੇ ਕੋਲ ਨਾ ਰਾਤ 10 ਵਜੇ ਮੇਰੇ ਭਤੀਜੇ ਲੱਗਦੇ ਆ, ਆਦੇਸ਼ ਕੁਮਾਰ ਜੀ, ਉਹਨਾਂ ਦੀ ਫੈਕਟਰੀ ਆ ਉੱਥੇ ਟਰੰਕ ਪੇਟਿਆਂ ਦੀ, ਉਹਦੇ ਨੇੜੇ ਤੇੜੇ ਦੇਖਿਆ ਗਿਆ ਅਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਹਾਂ, ਸਾਨੂੰ ਪ੍ਰਸ਼ਾਸਨ ਤੋਂ ਹੈ ਕਿ ਪਿੰਡ ਦੇ ਲੋਕ ਡਰੇ ਹੋਏ ਆ, ਕੱਖ ਪੱਠਿਆਂ ਨੂੰ ਜਾਣ ਤੋਂ ਡਰੇ ਹੋਏ ਆ, ਅਤੇ ਇਸ ਕਰਕੇ ਉਹਨੂੰ ਜਲਦੀ ਜਲਦੀ ਕਿਸੇ ਮਹਿਕਮੇ ਨੂੰ, ਪੁਸ਼ਟ ਮਹਿਕਮੇ ਨੂੰ ਭੇਜ ਕੇ ਫੜਾਇਆ ਜਾਵੇ ਤਾਂ ਕਿ ਕੋਈ ਜਾਨੀ ਮਾਲ ਦਾ ਨੁਕਸਾਨ ਨਾ ਕਰ ਸਕੇ।